पंजाब विधानसभा चोणां दे नतीजिआं दा काउंटडाउन शुरू हो चुका है ते वक्ख वक्ख सियासी पार्टियां नूं चोण नतीजिआं नूं लै के बेचैनी है। पंजाब विच जेकर किसी भी धिर नूं बहुमत नहीं मिलदा तां तस्वीर की हो सकती है, इस नूं लै के भी चर्चा दा दौर लगातार जारी है। अतीत विच सियासी धिरां दे गठजोड़ दे इतिहास ते नजर मारीए तां पंजाब विच रली मिली सरकार नूं लै के कई समीकरण उभर के सामने आउंदे ने। पंजाब विधानसभा चोणां दे नतीजे आउण दे दिनां दी काउंटडाउन शुरू हो चुकी है अते ओपिनियन पोल तो बाद वोटिंग हंग असेंबली वल इशारा कर रही है, जिस तो बाद हुण सियासी पार्टियां विचाले चर्चावां जोर फड़न लगियां ने कि आखिर किस फॉर्मूले तहत उस सत्ता ते काबिज हो सकदे ने। ज्यादातर ओपिनियन पोल विच आम आदमी पार्टी अते कांग्रेस च टक्कर विखाई गई सी। अजिहे विच जेकर दोवें पार्टियां विचों किसे नूं वी बहुमत नहीं मिलदा तां इह दोवें मिल के सरकार बना सकदे ने। ਇਹ ਚਰਚਾਵਾਂ ਇਸ ਲਈ ਵੀ ਜ਼ਿਆਦਾ ਸਰਗਰਮ ਨੇ ਕਿਉਂਕਿ 2013 ਚ ਬੀਜੇਪੀ ਨੂੰ ਦਿੱਲੀ ਦੀ ਮੁੱਖ ਮੰਤਰੀ ਦੀ ਕੁਰਸੀ ਤੋਂ ਬਾਹਰ ਰੱਖਣ ਲਈ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਹਮਾਇਤ ਕੀਤੀ ਸੀ। ਚਰਚਾਵਾਂ ਇਹ ਵੀ ਨੇ ਕਿ 2015 ਤੇ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਚ ਕਾਂਗਰਸ ਨੇ ਭਾਵੇਂ ਆਪ ਤੋਂ ਅਲੱਗ ਹੋ ਕੇ ਚੋਣਾਂ ਲੜੀਆਂ ਸਨ, ਪਰ ਜਿਸ ਤਰ੍ਹਾਂ ਆਪ ਨੇ ਹੂੰਝਾ ਫਿਰ ਜਿੱਤ ਹਾਸਲ ਕੀਤੀ ਸੀ ਉਸ ਵਿੱਚ ਕਾਂਗਰਸ ਦਾ ਵੱਡਾ ਹੱਥ ਰਿਹਾ। ਹੁਣ ਜਦੋਂ ਪੰਜਾਬ ਦੀ ਵਾਰੀ ਹੈ ਤਾਂ ਕਾਂਗਰਸ ਹੋ ਸਕਦਾ ਹੈ ਕਿ 2013 ਵਰਗਾ ਦਿੱਲੀ ਦਾ ਫਾਰਮੂਲਾ ਅਪਣਾਏ ਅਤੇ ਅਕਾਲੀ ਬੀਜੇਪੀ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਹਮਾਇਤ ਦੇ ਦੇਵੇ, ਜਾਂ ਇਸੇ ਤਰ੍ਹਾਂ ਇਸੇ ਫਾਰਮੂਲੇ ਤਹਿਤ ਜੇਕਰ ਕਾਂਗਰਸ ਵੱਡੀ ਪਾਰਟੀ ਦੇ ਤਹਿਤ ਉੱਭਰਦੀ ਹੈ ਤਾਂ ਆਪ ਵੀ ਕਾਂਗਰਸ ਨੂੰ ਹਮਾਇਤ ਕਰ ਸਕਦੀ ਹੈ। ਓਪੀਨੀਅਨ ਪੋਲ ਕਰ ਰਹੇ ਨੇ ਹੰਗ ਅਸੈਂਬਲੀ ਵੱਲ ਇਸ਼ਾਰਾ। ਅਕਾਲੀ ਦਲ ਤੇ ਬੀਜੇਪੀ ਦੇ ਦੁਬਾਰਾ ਗੱਠਜੋੜ ਦੀਆਂ ਕਿਆ ਸਰਾਈਆਂ? ਬਹੁਮਤ ਨਾ ਮਿਲਣ ਤੇ ਕਾਂਗਰਸ ਦੇ ਸਕਦੀ ਹੈ ਆਪ ਦਾ ਸਾਥ? ਨਤੀਜਿਆਂ ਤੋਂ ਬਾਅਦ ਸਿਆਸਤ ਦੇ ਕੀ ਹੋਣਗੇ ਸਮੀਕਰਨ? ਪੰਜਾਬ ਦੀ ਸੱਤਾ 'ਚ ਪਹੁੰਚਣ ਦਾ ਇੱਕ ਹੋਰ ਫਾਰਮੂਲਾ ਵੀ ਚਰਚਾ 'ਚ ਹੈ। ਉਹ ਇਹ ਹੈ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਮੁੜ ਇਕੱਠਾ ਹੋਣਾ। ਉਹ ਇਸ ਲਈ ਕਿ 4 ਵਾਰ ਇਸ ਗੱਠਜੋੜ ਨੇ ਮਿਲ ਕੇ ਪੰਜਾਬ ਵਿੱਚ ਸੱਤਾ ਹੰਢਾਈ ਹੈ। ਅਕਾਲੀਆਂ ਨੇ ਪਹਿਲੀ ਵਾਰ 1967 ਵਿੱਚ ਜਨ ਸੰਘ ਨਾਲ ਹੱਥ ਮਿਲਾਇਆ। ਉਸ ਤੋਂ ਬਾਅਦ 1997 ਤੋਂ ਲੈ ਕੇ 2017 ਤੱਕ ਵਿਧਾਨ ਸਭਾ ਚੋਣਾਂ ਇਕੱਠੀਆਂ ਲੜੀਆਂ ਅਤੇ ਲਗਾਤਾਰ 4 ਵਾਰ ਸੱਤਾ 'ਤੇ ਕਾਬਜ ਹੋਏ। ਪਰ 2020 'ਚ ਕਿਸਾਨੀ ਅੰਦੋਲਨ ਦਰਮਿਆਨ ਅਕਾਲੀ ਦਲ ਨੇ ਗੱਠਜੋੜ ਤੋੜ ਦਿੱਤਾ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵੱਖ ਵੱਖ ਗੱਠਜੋੜ ਤਹਿਤ ਲੜੀਆਂ ਗਈਆਂ। ਪਰ ਹੁਣ ਇੱਕ ਵਾਰ ਮੁੜ ਤੋਂ ਹੰਗ ਅਸੈਂਬਲੀ ਦੀ ਸੂਰਤ 'ਚ ਦੋਵਾਂ ਦੇ ਨਜ਼ਦੀਕ ਆਉਣ ਦੀਆਂ ਚਰਚਾਵਾਂ ਜ਼ੋਰ ਫੜਨ ਲੱਗੀਆਂ ਨੇ। ਫਤਿਹਜੰਗ ਬਾਜਵਾ ਅਤੇ ਹਰਜੀਤ ਗਰੇਵਾਲ ਨੇ ਵੀ ਇਸ ਵੱਲ ਇਸ਼ਾਰਾ ਕੀਤਾ ਸੀ। ਜੇਕਰ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਗੱਠਜੋੜ ਅਤੇ ਬੀਜੇਪੀ ਗੱਠਜੋੜ ਬਹੁਮਤ ਵੱਲ ਵਧਦੇ ਨੇ ਤਾਂ ਦੋਵੇਂ ਸਰਕਾਰ ਬਣਾ ਕੇ ਪੰਜਾਬ ਦੀ ਸੱਤਾ 'ਚ ਕਾਬਜ ਹੋਣਾ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੋਏਗੀ। ਫਿਲਹਾਲ ਇਹ ਨਤੀਜਿਆਂ ਦੀਆਂ ਕਿਆਸ ਰਹੀਆਂ ਨੇ। ਪਾਰਟੀਆਂ ਵੀ ਤਕਰੀਬਨ ਇਸੇ ਫਾਰਮੂਲੇ ਤੇ ਵਿਚਾਰ ਕਰ ਰਹੀਆਂ ਨੇ। ਪਰ 10 ਮਾਰਚ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਸਿਆਸਤ ਦਾ ਅਸਲ ਖੇਲ ਸ਼ੁਰੂ ਹੋਏਗਾ। ਬਿਊਰੋ ਰਿਪੋਰਟ, ਜ਼ੀ ਮੀਡੀਆ।